ਸਰ ਉਸ ਟਾਈਮ 'ਤੇ ਕਿ ਤਿੰਨ ਬੰਦੇ ਅੰਦਰ ਆਏ ਆ, ਉਹ ਕੈਸ਼ ਕਾਊਂਟਰ 'ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਏ ਪਿਸਤੌਲ ਦੀ ਨੋਕ 'ਤੇ। ਦੱਸਿਆ ਆ ਵੀ ਜਿਹੜੇ ਸਸਪੀਸ਼ੀਅਸ ਤਿੰਨ ਬੰਦੇ ਆਏ ਆ, ਜੋ ਫੋਨ 'ਤੇ ਜਿੰਨੀ ਕੁ ਮੈਨੂੰ ਕਨਵੇ ਹੋਈ ਆ। ਲਖਵਿੰਦਰ ਸਿੰਘ, ਤਰਨ ਤਾਰਨ ਰੋਡ, ਨਾਮਧਾਰੀ ਕੰਡਾ, ICIC ਬੈਂਕ। ਸਰ ਇਹ ਡਕੈਤੀ ਹੋਈ। ਸਰ ਉਸ ਟਾਈਮ 'ਤੇ ਕਿ ਤਿੰਨ ਬੰਦੇ ਅੰਦਰ ਆਏ ਆ, ਉਹ ਕੈਸ਼ ਕਾਊਂਟਰ 'ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਏ ਆ। ਹਾਂਜੀ, ਪਿਸਤੌਲ ਦੀ ਨੋਕ 'ਤੇ। ਹਾਂਜੀ, ਇਹ ਸਰ ਸਾਰਾ ਕਸਟਮਰ ਨਹੀਂ ਸੀ ਸਰ। ਸਰ ਹੋ ਗਈ 15-20 lakh ਦੀ। ਸਰ 5 ਮਿੰਟ ਘੱਟ ਦਿਓ ਉੱਥੇ। ਨਹੀਂ ਸਰ, ਨੀਤ ਨਾਲ ਪੂਰੀ ਆਏ। ਹਾਂਜੀ, ਸਰ ਇਸ ਗੱਲ ਦਾ ਹੁਣ ਸਾਨੂੰ ਨਹੀਂ ਨਾ ਪਤਾ। ਹਾਂਜੀ, ਗੇਟ ਤਾਂ ਕੋਈ ਵੀ ਨਹੀਂ ਸੀਗਾ। ਨਹੀਂ ਨਹੀਂ ਸਰ, ਨਹੀਂ ਨਹੀਂ ਸਰ, CCTV ਕੈਮਰਾ ਚੱਲ ਰਿਹਾ। ਹਾਂਜੀ, ਚੱਲ ਰਿਹਾ ਸਰ। ਫੁਟੇਜ ਆ ਗਈ ਸਰ। ਤਿੰਨ ਜਾਣੇ ਵੈਪਨ ਸਰ, ਇੱਕ ਹੀ ਮੇਰੇ ਖਿਆਲ ਇੱਕ ਬੰਦੇ ਕੋਈ ਆ ਸਰ। ਐਕਟਿਵ ਦੇ ਕਹਿੰਦੇ ਪਏ ਲਾਗੇ ਮਿਸਤਰੀ ਵਗੈਰਾ ਉੱਪਰ ਬਿਲਡਿੰਗ 'ਚ ਲੱਗੇ ਸਰ। ਇਹ ਬੈਕ ਸਾਈਡ ਨੂੰ ਗਏ ਸਰ, ਇੱਕ ਬੰਨੇ ਬੰਨੇ। ਹਾਂਜੀ, ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ? ਮੈਂ ਹਾਲੇ ਜੀ ਪਲੇਸ, ਮੈਂ ਪਲੇਸ ਆਫ ਅਕਰੈਂਸ ਦੇਖਣ ਲਈ ਹੁਣੇ ਆਇਆ ਜੀ। VIP ਡਿਊਟੀ ਚੱਲ ਰਹੀ ਸੀ, ਪਹਿਲਾਂ ਇਹਨੂੰ ਦੇਖਾਂਗੇ। ਉਸ ਤੋਂ ਪਹਿਲਾਂ ਹਾਲੇ ਕੁਛ ਵੀ ਕਮੈਂਟ ਕਰਨਾ ਔਖਾ ਆ। ਜੋ ਦੱਸਿਆ ਆ ਵੀ ਜਿਹੜੇ ਸਸਪੀਸ਼ੀਅਸ ਤਿੰਨ ਬੰਦੇ ਆਏ ਆ, ਜੋ ਫੋਨ 'ਤੇ ਜਿੰਨੀ ਕੁ ਮੈਨੂੰ ਕਨਵੇ ਹੋਈ ਆ, ਸੋ ਮੌਕਾ ਦੇਖ ਕੇ ਇਹਨੂੰ ਇਨਵੈਸਟੀਗੇਟ ਕਰਾਂਗੇ ਜੀ, ਦੈਨ ਤੁਹਾਨੂੰ ਕਨਵੇ ਕਰ ਦਾਂਗੇ। ਮੈਨੂੰ ਐਗਜੈਕਟ, ਮੈਂ ਕਿਹਾ ਜੀ ਜਾ ਕੇ ਅੰਦਰ ਵਾਲੇ ਮੈਂ ਦੇਖਦਾ ਹਾਂ। ਸਰ ਕਿੰਨੇ ਬੰਦੇ ਆਏ ਸੀ? ਤਿੰਨ ਦੱਸ ਰਿਹਾ ਜਿੰਨੀ ਕੁ ਮੈਨੂੰ ਫੋਨ 'ਤੇ ਇਨਫੋਰਮੇਸ਼ਨ ਹੈ। ਕਾਰਵਾਈ ਹੈ ਜੀ, ਕਾਰਵਾਈ ਦੇਖੋ ਜੀ, ਇਹਨਾਂ ਦਾ ਅਸੀਂ ਇਹਨਾਂ ਦੇ ਪੈਰਾਮੀਟਰਸ ਦੇਖਦੇ ਹਾਂ। ਬੈਂਕ ਨੇ ਜਿਹੜੇ ਪ੍ਰੋਪਰ ਪੈਰਾਮੀਟਰ ਜਿਹੜੇ ਸੀ ਉਹਨਾਂ ਨੂੰ ਫੋਲੋ ਕਰ ਰਹੇ ਆ। ਹਜੇ ਮੈਂ ਉਹੀ ਦੱਸਿਆ ਵੀ ਨੀਚਲੀ ਵਾਲੇ ਤਾਂ ਮੈਂ ਐਂਟਰ ਕਰ ਰਿਹਾ, ਮੈਂ ਉਹੀ ਕਹਾਂ ਜੀ, ਹਜੇ ਮੈਂ ਤਾਂ ਜਸਟ ਤੁਹਾਡੇ ਸਾਹਮਣੇ ਉਤਰਿਆ। ਲੈਟ ਮੀ ਸੀ, ਮੈਨੂੰ ਦੇਖ ਲੈਣ ਦਾ। ਹਾਂਜੀ ਹਾਂਜੀ, ਕੋਈ ਗੱਲ ਨਹੀਂ, ਜੇ ਉਹ ਵੀ ਹੈਗਾ ਜੀ, ਇਹਨੂੰ ਟੋਟਲ ਅਮਾਊਂਟ ਵੀ ਚੈੱਕ ਕਰਾਂਗੇ ਔਰ 100% ਇਹਨੂੰ ਥੋੜੇ ਟਾਈਮ 'ਚ ਅਸੀਂ ਟਰੇਸ ਕਰਾਂਗੇ। ਅਸੀਂ ਮੈਂ ਉਹੀ ਦੱਸ ਰਿਹਾ ਜੀ, ਮੈਂ ਤਾਂ ਹਜੇ ਮੈਂ ਫਿਰ ਬਾਰ ਬਾਰ ਰਿਪੀਟ ਕਰ ਰਿਹਾ ਜੀ, ਮੈਂ ਤੁਹਾਡੇ ਸਾਹਮਣੇ ਗੱਡੀ 'ਚੋਂ ਹਾਲੇ ਉਤਰਿਆ, VIP ਡਿਊਟੀ ਚੱਲ ਰਹੀ ਸੀ। ਅੰਦਰ ਜਾ ਕੇ ਅਸੀਂ ਜੋ ਵੀ ਮੈਨੂੰ ਇੱਕ ਵਾਰੀ ਮੈਂ ਮੌਕਾ ਦੇਖ ਲਵਾਂ ਔਰ ਇਹਨੂੰ ਵਿਦ ਇਨ ਆਵਰਸ ਅਸੀਂ 100% ਟਰੇਸ ਕਰਾਂਗੇ ਜੀ। ਸਮਾਂ ਕਿੰਨੇ ਕੋਈ ਦਾ ਸਰ? ਸਮਾਂ ਤਾਂ ਤੁਹਾਨੂੰ ਪਤਾ ਹੈਗਾ, ਦੱਸਿਆ ਹੈਗਾ ਕਿੰਨੇ ਕੋਈ ਨਾ ਕੱਟ। ਇੱਕ ਡੇਢ ਘੰਟੇ ਪਹਿਲਾਂ ਦੀ ਗੱਲ ਆ ਸਰ। ਜੀ ਜੀ, ਮੈਂ ਕਿਹਾ ਜੀ ਇਨੀਸ਼ਲੀ ਮੈਨੂੰ ਦੇਖਣ ਦਓਗੇ, ਮੈਂ ਮੌਕਾ। ਸਰ ਉਸ ਟਾਈਮ 'ਤੇ ਕਿ ਤਿੰਨ ਬੰਦੇ ਅੰਦਰ ਆਏ ਆ, ਉਹ ਕੈਸ਼ ਕਾਊਂਟਰ 'ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਏ ਆ ਪਿਸਤੌਲ ਦੀ ਨੋਕ 'ਤੇ। ਦੱਸਿਆ ਆ ਵੀ ਜਿਹੜੇ ਸਸਪੀਸ਼ੀਅਸ ਤਿੰਨ ਬੰਦੇ ਆਏ ਆ, ਜੋ ਫੋਨ 'ਤੇ ਜਿੰਨੀ ਕੁ ਮੈਨੂੰ ਕਨਵੇ ਹੋਈ ਆ। ਲਖਵਿੰਦਰ ਸਿੰਘ, ਤਰਨ ਤਾਰਨ ਰੋਡ, ਨਾਮਧਾਰੀ ਕੰਡਾ, ICIC ਬੈਂਕ। ਸਰ ਇਹ ਡਕੈਤੀ ਹੋਈ। ਸਰ ਉਸ ਟਾਈਮ 'ਤੇ ਕਿ ਤਿੰਨ ਬੰਦੇ ਅੰਦਰ ਆਏ ਆ, ਉਹ ਕੈਸ਼ ਕਾਊਂਟਰ 'ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਏ ਆ। ਹਾਂਜੀ, ਪਿਸਤੌਲ ਦੀ ਨੋਕ 'ਤੇ। ਹਾਂਜੀ, ਇਹ ਸਰ ਸਾਰਾ ਕਸਟਮਰ ਨਹੀਂ ਸੀ ਸਰ। ਸਰ ਹੋ ਗਈ 15-20 lakh ਦੀ। ਸਰ 5 ਮਿੰਟ ਘੱਟ ਦਿਓ ਉੱਥੇ। ਨਹੀਂ ਸਰ, ਨੀਤ ਨਾਲ ਪੂਰੀ ਆਏ।
ਹਾਂਜੀ ਸਰ, ਇਸ ਗੱਲ ਦਾ ਹੁਣ ਸਾਨੂੰ ਨਹੀਂ ਨਾ ਪਤਾ। ਹਾਂਜੀ ਗੇਟ ਤਾਂ ਕੋਈ ਵੀ ਨਹੀਂ ਸੀਗਾ। ਨਹੀਂ ਨਹੀਂ ਸਰ, ਨਹੀਂ ਨਹੀਂ ਸਰ, ਸੀਸੀਟੀਵੀ ਕੈਮਰਾ ਚੱਲ ਰਿਹਾ। ਹਾਂਜੀ ਚੱਲ ਰਿਹਾ ਸਰ, ਫੁਟੇਜ ਆ ਗਈ ਸਰ। ਕਿੰਨੇ ਕੁ ਮੈਂਬਰ ਸੀ ਬੰਦੇ? ਤਿੰਨ ਜਾਣੇ। ਕਿੰਨੇ ਵੈਪਨ ਸੀ? ਵੈਪਨ ਸਰ ਇੱਕ ਹੀ ਮੇਰੇ ਖਿਆਲ, ਇੱਕ ਬੰਦੇ ਕੋਈ ਆ। ਕਿਸ ਤੇ ਆਏ ਸੀ ਮੋਟਰਸਾਈਕਲ ਤੇ ਗੱਡੀ? ਸਰ ਐਕਟਿਵਾ ਦੇ ਕਹਿੰਦੇ ਪਏ ਲਾਗੇ, ਮਿਸਤਰੀ ਵਗੈਰਾ ਉੱਪਰ ਬਿਲਡਿੰਗ 'ਚ ਲੱਗੇ ਸਰ। ਇਹ ਬੈਕ ਸਾਈਡ ਨੂੰ ਗਏ ਸਰ, ਇੱਕ ਬੰਨੇ ਬੰਨੇ। ਹਾਂਜੀ ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ? ਮੈਂ ਹਾਲੇ ਜੀ ਪਲੇਸ, ਮੈਂ ਪਲੇਸ ਆਫ ਅਕਰੈਂਸ ਦੇਖਣ ਲਈ ਹੁਣੇ ਆਇਆ ਜੀ। ਵੀ ਆਈ ਪੀ ਡਿਊਟੀ ਚੱਲ ਰਹੀ ਸੀ, ਪਹਿਲਾਂ ਇਹਨੂੰ ਦੇਖਾਂਗੇ। ਉਸ ਤੋਂ ਪਹਿਲਾਂ ਹਾਲੇ ਕੁਛ ਵੀ ਕਮੈਂਟ ਕਰਨਾ ਔਖਾ ਆ। ਜੋ ਦੱਸਿਆ ਆ ਵੀ ਜਿਹੜੇ ਸਸਪੀਸ਼ੀਅਸ ਤਿੰਨ ਬੰਦੇ ਆਏ ਆ, ਜੋ ਫੋਨ ਤੇ ਜਿੰਨੀ ਕੁ ਮੈਨੂੰ ਕਨਵੇ ਹੋਈ ਆ, ਸੋ ਮੌਕਾ ਦੇਖ ਕੇ ਇਹਨੂੰ ਇਨਵੈਸਟੀਗੇਟ ਕਰਾਂਗੇ ਜੀ, ਦੈਨ ਤੁਹਾਨੂੰ ਕਨਵੇ ਕਰ ਦਾਂਗੇ। ਮੈਨੂੰ ਐਗਜ਼ੈਕਟ, ਮੈਂ ਕਿਹਾ ਜੀ ਜਾ ਕੇ ਅੰਦਰ ਹਲੇ ਮੈਂ ਦੇਖਦਾ ਆ। ਸਰ ਕਿੰਨੇ ਬੰਦੇ ਆਏ ਸੀ? ਤਿੰਨ ਦੱਸ ਰਹੇ ਆ ਜਿੰਨੀ ਕੁ ਮੈਨੂੰ ਫੋਨ ਤੇ ਇਨਫੋਰਮੇਸ਼ਨ ਆ। ਕਾਰਵਾਈ ਹੈ ਜੀ, ਕਾਰਵਾਈ ਦੇਖੋ ਜੀ, ਇਹਨਾਂ ਦਾ ਅਸੀਂ ਇਹਨਾਂ ਦੇ ਪੈਰਾਮੀਟਰਸ ਦੇਖਦੇ ਹਾਂ। ਬੈਂਕ ਨੇ ਜਿਹੜੇ ਪ੍ਰੋਪਰ ਪੈਰਾਮੀਟਰ ਜਿਹੜੇ ਸੀ ਉਹਨਾਂ ਨੂੰ ਫੋਲੋ ਕਰ ਰਹੇ ਆ। ਅਜੇ ਮੈਂ ਉਹੀ ਦੱਸਿਆ ਵੀ ਨੀਚਲੀ ਹਾਲੇ ਤਾਂ ਮੈਂ ਐਂਟਰ ਕਰ ਰਿਹਾ, ਮੈਂ ਉਹੀ ਕਹਾਂ ਜੀ ਅਜੇ ਮੈਨੂੰ, ਮੈਂ ਤਾਂ ਜਸਟ ਤੁਹਾਡੇ ਸਾਹਮਣੇ ਉਤਰਿਆ। ਲੈਟ ਮੀ ਸੀ, ਮੈਨੂੰ ਦੇਖ ਲੈਣ ਦਿਓ। ਹਾਂਜੀ ਹਾਂਜੀ, ਕੋਈ ਗੱਲ ਨਹੀਂ, ਜੇ ਉਹ ਵੀ ਹੈਗਾ ਜੀ ਇਹਨੂੰ ਟੋਟਲ ਅਮਾਊਂਟ ਵੀ ਚੈੱਕ ਕਰਾਂਗੇ ਔਰ 100% ਇਹਨੂੰ ਥੋੜ੍ਹੇ ਟਾਈਮ 'ਚ ਅਸੀਂ ਟਰੇਸ ਕਰਾਂਗੇ। ਅਸੀਂ ਮੈਂ ਉਹੀ ਦੱਸ ਰਿਹਾ ਜੀ, ਮੈਂ ਤਾਂ ਹਜੇ ਮੈਂ ਫਿਰ ਬਾਰ ਬਾਰ ਰਿਪੀਟ ਕਰ ਰਿਹਾ ਜੀ, ਮੈਂ ਤੁਹਾਡੇ ਸਾਹਮਣੇ ਗੱਡੀ 'ਚੋਂ ਹਲੇ ਉਤਰਿਆ, ਵੀ ਆਈ ਪੀ ਡਿਊਟੀ ਚੱਲ ਰਹੀ ਸੀ। ਅੰਦਰ ਜਾ ਕੇ ਅਸੀਂ ਜੋ ਵੀ ਮੈਨੂੰ ਇੱਕ ਵਾਰੀ ਮੈਂ ਮੌਕਾ ਦੇਖ ਲਵਾਂ ਔਰ ਇਹਨੂੰ ਵਿਦ ਇਨ ਆਵਰਸ ਅਸੀਂ 100% ਟਰੇਸ ਕਰਾਂਗੇ ਜੀ। ਸਮਾਂ ਕਿੰਨੇ ਕੋਈ ਦਾ ਸਰ? ਸਮਾਂ ਤੇ ਤੁਹਾਨੂੰ ਪਤਾ ਹੈਗਾ, ਦੱਸਿਆ ਹੈਗਾ ਕਿੰਨੇ ਕੋਈ ਨਾ ਕੱਟਣੀ? ਇੱਕ ਡੇਢ ਘੰਟੇ ਪਹਿਲਾਂ ਦੀ ਗੱਲ ਆ ਸਰ। ਮੈਂ ਕਿਹਾ ਜੀ ਇਨੀਸ਼ਲੀ ਮੈਨੂੰ ਦੇਖਣ ਦਓਗੇ, ਮੈਂ ਮੌਕਾ